ਸ਼ਾਮ ਵਾਲੇ ਸ਼ੋਅ ਦੇ ਵਿੱਚ ਹੁਣ ਸਮਾਂ ਹੋ ਗਿਆ ਹੈ ਸਾਡੀ ਸਪੈਸ਼ਲ ਸੀਰੀਜ਼ ਇਲੈਕਸ਼ਨ ਪਲੈਟਫਾਰਮਸ 2021 ਦਾ ਅੱਜ ਜਿਹੜੇ ਦੋ ਮੁੱਦਿਆਂ ਤੇ ਅਸੀਂ ਗੱਲਬਾਤ ਕਰਨੀ ਹੈ ਉਹ ਹੈਗੇ ਨੇ ਚਾਈਲਡ ਕੇਅਰ ਤੇ ਸੀਨੀਅਰਸ ਕੇਅਰ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਸ਼ਾਮਲ ਨੇ ਡਾਕਟਰ ਅਮਰਜੀਤ ਸਿੰਘ ਪੁੱਲਰ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਬਸੂ ਜੀ ਡਾਕਟਰ ਸਾਹਿਬ ਕਿਹੋ ਜਿਹਾ ਰਿਹਾ ਵੀਕਐਂਡ ਬਹੁਤ ਵਧੀਆ ਰਿਹਾ ਤੋ ਆਪਾਂ ਹੁਣ ਸਮਾਂਜ ਬਹੁਤ ਸੀਮਿਤ ਹੈ ਤੇ 20 ਮਿੰਟ ਆਪਣੇ ਕੋਲ ਹੋਣਗੇ ਪੂਰੀ ਗੱਲਬਾਤ ਦੇ ਲਈ ਤੇ ਅਸੀਂ ਗੱਲਬਾਤ ਸ਼ੁਰੂ ਕਰਦੇ ਹਾਂ ਚਾਈਲਡ ਕੇਅਰ ਤੋਂ ਕਿ ਲਿਬਰਲਸ ਤੋਂ ਸ਼ੁਰੂ ਕਰਦੇ ਹਾਂ ਇਨਕੰਮੈਂਟ ਪਾਰਟੀ ਹੈ ਕਿ ਲਿਬਰਲਸ ਦਾ ਪਲੇਟਫਾਰਮ ਚਾਈਲਡ ਕੇਅਰ ਬਾਰੇ ਕਿਹੜੇ-ਕਿਹੜੇ ਵਾਅਦੇ ਕਰਦਾ ਜੀ ਅਹ ਦੇਖੋ ਵਾਸੂ ਜੀ ਜਿਹੜਾ ਚਾਈਲਡ ਕੇਅਰ ਹੈ ਨਾ ਇਹਦੇ ਬਾਰੇ ਆਪਾਂ ਇੱਕ ਕੱਲੇ ਇਹ ਬੱਚਿਆਂ ਦੀ ਗੱਲ ਨਹੀਂ ਗਈ ਇਹਦੇ ਨਾਲ ਕੀ ਹੈ ਜਿਹੜੀਆਂ ਵਿਮਨ ਨੇ ਜਿਹੜੀਆਂ ਮਦਰਸ ਨੇ ਨਾ ਉਹ ਵੀ ਕੰਮ ਤੇ ਜਾਣਾ ਜਾ ਸਕਦੀਆਂ ਨੇ ਜੇ ਚਾਈਲਡ ਕੇਅਰ ਦਾ ਪ੍ਰੋਗਰਾਮ ਅੱਛਾ ਹੋਊਗਾ ਤਾਂ ਕੋਵਿਡ 19 ਦੌਰਾਨ ਅਸੀਂ ਦੇਖਿਆ ਕਿ ਚਾਈਲਡ ਕੇਅ ਇਹ ਗੱਲ ਚੱਲ ਰਹੀ ਹੈ ਉਹਨਾਂ ਦੀ ਪਹਿਲਾਂ ਤੋਂ ਹੀ ਵੀ 10 ਡਾਲਰ ਪਰ ਡੇ ਜਿਹੜਾ ਹੈਗਾ ਅਸੀਂ ਚਾਈਲਡ ਕੇਅਰ ਕਰਾਂਗੇ ਇਹਦੇ ਲਈ ਉਹਨਾਂ ਨੇ ਕਿਹਾ ਸੀ ਪੰਜਾਹ ਸਾਲਾਂ ਦੇ ਵਿੱਚ 30 ਬਿਲੀਅਨ ਡਾਲਰ ਹੈ ਜਿਹੜਾ ਖਰਚ ਕਰਾਂਗੇ ਤੇ ਇਹਨੂੰ ਅਸੀਂ 50% ਹੈ ਜਿਹੜੀ ਕਾਸਟ ਹੈ ਜਿਹੜੀ ਘਟਾ ਦੇਣੀ ਹੈ ਤੇ ਇਹਦੇ ਨਾਲ ਹੀ ਉਹਨਾਂ ਨੇ ਬਜਟ ਦੇ ਵਿੱਚ ਵੀ ਕਿਹਾ ਸੀ ਦੁਬਾਰਾ ਫੇਰ ਉਹਨਾਂ ਨੇ ਕਿਹਾ ਵੀ ਅਸੀਂ 2,50,000 ਹੈ ਜਿਹੜੇ ਕੈਨੇਡਾ ਵਾਈਡ ਨਿਊ ਸਪੇਸਿਸ ਹੈ ਜਿਹੜੇ ਕ੍ਰੀਏਟ ਕਰਾਂਗੇ ਬੱਚਿਆਂ ਲਈ ਇੱਕ ਉਹਨਾਂ ਨੇ ਕਿਹਾ ਵੀ ਜਿਹੜਾ ਅਡਪਟਿਵ ਪੇਰੈਂਟਸ ਨੂੰ 15 ਵੀਕ ਦੇ ਪੇਰੈਂਟ ਲੀਵ ਹੈ ਜਿਹੜੀ ਹੈ ਉਹ ਵੀ ਅਸੀਂ ਦੇਣ ਦੀ ਕੋਸ਼ਿਸ਼ ਤੇ ਤੀਸਰੀ ਗੱਲ ਉਹਨਾਂ ਨੇ ਕਿਹਾ ਜਿਹੜਾ ਡਿਸੇਬਿਲਟੀ ਹੈ ਜਨਾ ਬੱਚਿਆਂ ਦੇ ਵਿੱਚ ਉਹਨਾਂ ਦੇ ਲਈ ਵੀ ਉਹਨਾਂ ਨੇ 30 ਮਿਲੀਅਨ ਡਾਲਰ ਜਿਹੜਾ ਰੱਖਿਆ ਹੈਗਾ ਸਪੈਸ਼ਲ ਪ੍ਰੋਗਰਾਮ ਸ਼ੁਰੂ ਕਰਨ ਲਈ ਉਹਨਾਂ ਨੇ 2 ਸਾਲਾਂ ਦੇ ਵਿੱਚ ਇੱਕ ਉਹਨਾਂ ਨੇ ਕਿਹਾ ਹੈਗਾ ਵੀ ਅਸੀਂ ਜਿਹੜੇ ਇੰਡੀਜਨਸ ਬੱਚੇ ਹੈ ਉਹਨਾਂ ਲਈ 1.4 ਬਿਲੀਅਨ ਡਾਲਰ ਜਿਹੜਾ ਓਵਰ ਦ 4 ইয়ারਸ ਉਹਨਾਂ ਦੇ ਸਮੇਂ ਦੇ ਵਿੱਚ ਖਰਚ ਕਰਾਂਗੇ ਤੇ ਜਿਹਦੇ ਵਿੱਚ 420 ਮਿਲੀਅਨ ਡਾਲਰ ਹੈ ਉਹਨਾਂ ਨੇ ਕਿਹਾ ਵੀ ਅਸੀਂ ਨਵੇਂ ਕੇਅਰ ਸੈਂਟਰ ਖੋਲਾਂਗੇ ਬੱਚਿਆਂ ਲਈ ਇੰਡੀਜਨਸ ਪੀਪਲ ਦੇ ਲਈ ਤੇ ਜੇ ਹੁਣ ਅਸੀਂ ਕੰਸਰਵੇਟਿਵਸ ਦੇ ਪਲੈਟਫਾਰਮ ਬਾਰੇ ਗੱਲ ਕਰੀਏ ਤਾਂ ਇਹ ਕਹਿੰਦੇ ਕਿ ਜਿਹੜਾ ਲਿਬਰਲਸ ਦਾ ਚਾਈਲਡ ਕੇਅਰ ਪਲਾਨ ਆ ਸੀ ਉਹਨੂੰ ਸਕ੍ਰੈਪ ਕਰ ਦੇਵਾਂਗੇ ਤੇ ਕਹਿੰਦੇ ਅਸੀਂ ਆਪਣਾ ਲੈ ਕੇ ਆਵਾਂਗੇ ਇੱਕ ਰਿਫੰਡੇਬਲ ਟੈਕਸ ਕ੍ਰੈਡਿਟ ਉਹਦੇ ਵਿੱਚ ਕੀ ਹੋਏਗਾ ਕਿ ਕਹਿੰਦੇ ਪਹਿਲਾਂ ਤਾਂ 2.6 ਬਿਲੀਅਨ ਡਾਲਰ ਕਹਿੰਦੇ ਸੀ ਤੇ ਖਰਚ ਕਰਾਂਗੇ ਤੇ ਇਹਦੇ ਨਾਲ ਹੋਏਗਾ ਕੀ ਕਿ ਜਿਹੜੇ ਲੋ ਇਨਕਮ ਫੈਮਿਲੀਜ਼ ਨੇ ਉਹਨਾਂ ਦੇ ਜਿਹੜੇ ਚਾਈਲਡ ਕੇਅਰ ਐਕਸਪੈਂਸਸ ਨੇ ਅਪ ਟੂ 75% ਤੱਕ ਕਹਿੰਦੇ ਉਹ ਰਿਫੰਡੇਬਲ ਟੈਕਸ ਕ੍ਰੈਡਿਟ ਮਿਲ ਸਕੇਗਾ ਤੇ ਜਿਹੜੀਆਂ ਫੈਮਿਲੀਜ਼ ਦੀ ਇਨਕਮ ਹਾਊਸਹੋਲਡ 150000 ਉਹਨਾਂ ਨੂੰ ਇਹਦੇ ਤਹਿਤ ਬੈਨੀਫਿਟ ਮਿਲ ਸਕਣਗੇ ਨਾਲੇ ਕਹਿੰਦੇ ਨੇ ਕਿ ਅਸੀਂ ਜਿਹੜੇ ਪੈਰੈਂਟਸ ਪੈਰੈਂਟ ਲੀਵ ਲੈ ਕੇ ਛੁੱਟੀ ਤੇ ਜਾਂਦੇ ਨੇ ਉਹ ਕਹਿੰਦੇ ਕਿ 1000 ਡਾਲਰ ਤੱਕ ਕੋਈ ਹੋਰ ਕੰਮ ਕਰਕੇ ਪੈਸੇ ਵੀ ਕਮਾ ਸਕਣਗੇ ਇਹ ਕਹਿੰਦੇ ਤਜਵੀਜ਼ ਹੈ ਤੇ ਨਾਲ ਇਹ ਕਹਿੰਦੇ ਕਿ ਜਿਹੜੇ ਪੈਰੈਂਟਸ ਬੱਚਿਆਂ ਨੂੰ ਅਡਾਪਟ ਕਰਦੇ ਨੇ ਉਨਾਵਾਸਤੇ ਬੈਨੀਫਿਟਸ ਐਨਹਾਂਸ ਕੀਤੇ ਜਾਣਗੇ ਉਹਨਾਂ ਨੂੰ ਵੱਧ ਬੈਨੀਫਿਟਸ ਮੁਹैया ਕਰਾਇਆ ਜਾਣਗੇ ਇਹ ਪ੍ਰਮੁਖਤੌਰ ਤੇ ਤਸਵੀਟ ਇਸ ਦਾ ਪਲੇਟਫਾਰਮ ਕਹਿੰਦਾ ਚਾਈਲਡ ਕੇਅਰ ਬਾਰੇ ਹਮ ਜੇ ਆਪਾਂ ਐਨਡੀਪੀ ਤੇ ਆਈਏ ਵਸੂਜੀ ਤਾਂ ਫਿਰ ਕੀ ਹੈ ਵੀ ਉਹਨਾਂ ਨੇ ਕੋਈ ਬਹੁਤ ਸਪੈਸੀਫਿਕ ਗੱਲ ਨਹੀਂ ਕੀਤੀ ਵੀ ਕਿੰਨੇ ਸਪੇਸਸ ਕ੍ਰੀਏਟ ਕਰਨਗੇ ਕਿਸ ਤਰ੍ਹਾਂ ਚਾਈਲਡ ਕਿੰਨੇ ਚਾਈਲਡ ਕੇਅਰ ਸੈਂਟਰ ਕਰਨਗੇ ਜਾਂ ਵੇਜਸ ਕਿਸ ਤਰ੍ਹਾਂ ਨਕਰੀਜ ਕਰਨਗੇ ਜਿਹੜਾ ਚਾਈਲਡ ਕੇਅਰ ਵਰਕਰਸ ਦੀ ਹੈ ਪਰ ਉਹਨਾਂ ਨੇ ਇੱਕ ਕਿਹਾ ਹੈਗਾ ਵੀ ਅਸੀਂ ਜਿਹੜਾ 10 ਡਾਲਰ ਪਰ ਡੇ ਵਾਲਾ ਚਾਈਲਡ ਕੇਅਰ ਸਿਸਟਮ ਹੈਗਾ ਇਹ ਅਸੀਂ ਵੀ ਚਲਾਵਾਂਗੇ ਦੂਸਰਾ ਉਹਨਾਂ ਨੇ ਕਿਹਾ ਵੀ ਸਿੱਖ ਨਵੀਂ ਪੇਰੈਂਟ ਲੀਵ ਹੈ ਜਿਹੜੀ ਜਿਹੜੀ ਪੇਰੈਂਟਸ ਨੂੰ ਅਲਾਉ ਕਰੂਗੀ ਵੀ ਥੋੜੀ ਲੀਵ ਲੈ ਲੈਣ ਪਰ ਪੈਸੇ ਜ਼ਿਆਦੇ ਲੈ ਲੈਣ ਉਹਦੇ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਕਿਹਾ ਹੈਗਾ ਵੀ ਅਸੀਂ ਸੈਲਫ এমਪਲoyed ਵਰਕਰਸ ਆ ਜਿਹੜੇ ਉਹਨਾਂ ਨੂੰ ਪੇਰੈਂਟਲ ਬੈਨੀਫਿਟ ਜਿਹੜੇ ਹੈਗੇ ਉਹ ਵੀ ਲੈ ਸਕਦੇ ਨੇ ਕਿ ਕਿਸੇ ਵੇਲੇ ਵੀ ਆਪਣੇ ਆਪਟ ਕਰ ਸਕਦੇ ਨੇ ਰਾਈਟ ਤੇ ਲਾਸਟ ਉਹਨਾਂ ਨੇ ਕਿਹਾ ਹੈਗਾ ਵੀ ਅਸੀਂ ਜਿਹੜਾ ਮਲਟੀਪਲਸ ਹੋ ਜਾਂਦੇ ਨੇ ਜਿਨ੍ਹਾਂ ਦੇ ਕੋਈ ਦੋ ਬੱਚੇ ਹੋ ਜਾਂਦੇ ਜਾਂ ਤਿੰਨ ਹੋ ਜਾਂਦੇ ਨੇ ਉਹਨਾਂ ਦੀ ਅਸੀਂ ਜਿਹੜੀ ਹੈਗੀ ਪੇਰੈਂਟਲ ਲੀਵ ਹੈ ਉਹ ਵਧਾ ਦੇਾਂਗੇ ਲੰਬੀ ਕਰ ਦੇਾਂਗੇ ਜੀ ਤੇ ਜੇ ਆਪਾਂ ਕੁਇਕਲੀ ਗ੍ਰੀਨ ਪਾਰਟੀ ਦੇ ਪਲੈਟਫਾਰਮ ਬਾਰੇ ਵੀ ਗੱਲ ਕਰੀਏ ਤਾਂ ਉਹ ਕਹਿੰਦੇ ਨੇ ਕਿ ਅਸੀਂ ਜਿਹੜੀ ਫੈਡਰਲ ਫੰਡਿੰਗ ਹੈ ਚਾਈਲਡ ਕੇਅਰ ਵਾਸਤੇ ਕਹਿੰਦੇ ਉਹ ਅਸੀਂ ਉਹਨੂੰ ਇੰਨਾ ਵਧਾਵਾਂਗੇ ਕਿ ਉਹ ਅਪ ਟੂ 1% ਐਟ ਲੀਸਟ 1% ਆਫ ਜੀਡੀਪੀ ਹੋ ਜਾਏਗੀ ਬਿਲਕੁਲ ਸੋ ਇਹ ਗ੍ਰੀਨ ਪਾਰਟੀ ਦਾ ਪਲੈਟਫਾਰਮ ਕਹਿੰਦਾ ਹੁਣ ਵਾਸੋ ਜੀ ਆਪਾਂ ਦੇਖੀਏ ਨਾ ਵੀ ਜੇ ਇਸ ਨੂੰ ਓਵਰਆਲ ਦੇਖੀਏ ਆਪਾਂ ਸਾਰੇ ਕਾਸੇ ਨੂੰ ਇੱਕ ਜਨੇਸ਼ਾ ਜੇ ਕਲੁਕਸ ਨਾਂ ਦੀ ਇੱਕ ਲੇਡੀ ਹੈ ਪਹਿਲਾਂ ਉਹ ਡੇ ਕੇਅਰ ਵਰਕਰ ਰਹੀ ਹੈ ਫਿਰ ਉਹਨੇ జర్నలిస్ట్ ਬਣ ਗਈ ਹਿਊਮਨ ਰਾਈਟਸ ਦੀ ਜਰਨਲਿਸਟ ਹੈ ਉਹਨਾਂ ਨੇ ਇਸ ਨੂੰ ਸਾਰੇ ਪਲੇਟਫਾਰਮਸ ਨੂੰ ਆਪਣੇ ਨਜ਼ਰੀਏ ਤੋਂ ਦੇਖਿਆ ਤੇ ਬੜਾ ਸੋਹਣਾ ਉਹਨਾਂ ਨੇ ਆਪਣਾ ਜਿਹੜਾ ਵਿਸ਼ਲੇਸ਼ਣ ਹੈ ਉਹ ਲੈ ਕੇ ਆਂਦਾ ਉਹਨਾਂ ਨੇ ਇੱਕ ਤਾਂ ਕਿਹਾ ਵੀ ਜਿਹੜਾ ਚਾਈਲਡ ਕੇਅਰ ਹੈ ਨਾ ਇਹਦੇ ਵਿੱਚ ਮੇਜਰ ਲੌਂਗ ਟਰਮ ਤੇ ਓਵਰਹਾਲ ਰਿਫਾਰਮ ਕਰਨੇ ਚਾਹੀਦੇ ਆ ਤੇ ਨਾਲ ਹੀ ਇਹਨੂੰ ਓਵਰਹਾਲ ਕਰਨ ਦੀ ਵੀ ਲੋੜ ਹੈ ਜੀ ਉਹਨਾਂ ਨੇ ਇੱਕ ਕਿਹਾ ਹੈਗਾ ਵੀ ਜਿਹੜੇ ਚਾਈਲਡ ਕੇਅਰ ਵਰਕਰ ਹੈ ਨਾ ਉਹ ਅੰਡਰਪੇਡ ਨੇ ਡੇ ਕੇਅਰਸ ਨੇ ਜਿਹੜੇ ਅੰਡਰਸਟਾਫਡ ਨੇ 12 ਲਈ ਇੱਕ ਮਿਰਕਲ ਵਰਕਰ ਦੀ ਲੋੜ ਹੈ ਐ ਐਕਸਪੈਂਸਿਵ ਨੇ ਤੇ ਇਨਐਕਸੈਸੀਬਲ ਨੇ ਇਹਨਾਂ ਦੇ ਵਿੱਚ ਬਹੁਤ ਸਖੁਸ਼ ਸਾਨੂੰ ਕਰਨ ਦੀ ਲੋੜ ਹੈ ਇੱਕ ਉਹਨਾਂ ਨੇ ਕਿਹਾ ਵੀ ਜਿਹੜੀ ਫੈਡਰਲ ਗਵਰਨਮੈਂਟ ਹੈ ਜਿਹੜੀ ਜਿਹੜੇ ਦੋ ਬਿੱਲ ਲੈ ਕੇ ਆਉਂਦੇ ਸੀ ਉਹਨਾਂ ਨੇ ਇੱਕ ਤਾਂ ਕਿਹਾ ਸੀ ਵੀ ਸਟਰੀਮ ਲਾਈਨ ਕਰਾਂਗੇ ਸੀ ਫੰਡਿੰਗ ਨੂੰ ਦੂਜਾ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੇ ਹੈਗੇ ਡਾਈਵਰਸਿਟੀ ਹੈ ਜਿਹੜੀ ਉਹ ਇਨਕਰੀਜ਼ ਕਰਾਂਗੇ ਦੇ ਵਿੱਚ ਸੋ ਉਸ ਨੇ ਕਿਹਾ ਹੈਗਾ ਵੀ ਜਿਹੜਾ 6000 ਦੀ ਸੀਲਿੰਗ ਹੈ ਨਾ ਜਿਹੜੀ ਕਨਜ਼ਰਵੇਟਿਵ ਦੀ ਹੈ ਜਿਹੜੀ ਇਹਨੇ ਬੇਨਫਿਟ ਨਹੀਂ ਦੇਣਾ ਬਹੁਤਾ ਅੱਛਾ ਉਹਦਾ ਰੀਜ਼ਨ ਕੀ ਹੈ ਉਹ ਕਹਿੰਦੇ ਵੀ ਇੱਕ ਤਾਂ ਜਿਹੜਾ ਟੋਰਾਂਟੋ ਹੈ ਤੇ ਵੈਨਕੂਵਰ ਰੀਜ਼ਨ ਹੈ ਇਦੇ ਵਿੱਚ ਤਾਂ ਪਹਿਲੇ 1400 ਇੱਕ ਦੇ ਵਿੱਚ ਖਰਚਾ ਬੱਚੇ ਦਾ ਤੇ ਦੂਸਰਾ ਹੈਗਾ 1685 ਅੱਛਾ ਜੀ ਤਾਂ ਜੇ ਪ 6000 ਸਾਲ ਦਾ ਲਈਏ ਤਾਂ ਕਿੰਨਾ ਬਣਿਆ 500 ਬਣਿਆ ਮਹੀਨੇ ਦਾ ਹਾਂਜੀ ਵੀ ਇਹਨੇ ਕੋਈ ਵੱਡਾ ਫਾਇਦਾ ਨਹੀਂ ਕਰਨਾ ਹਾਂ ਉਹਨੇ ਕਿਹਾ ਵੀ ਇਹ ਫਲੈਕਸੀਬਲ ਜ਼ਰੂਰ ਹੈ ਕਿ ਤੁਸੀਂ ਘਰੇ ਕਰ ਸਕਦੇ ਹੋ ਨਹੀਂ ਨਹੀਂ ਰੱਖ ਸਕਦੇ ਹੋ ਨਹੀਂ ਨਹੀਂ ਸ਼ੇਅਰ ਕਰ ਸਕਦੇ ਹੋ ਇਹ ਚੀਜ਼ਾਂ ਤਾਂ ਹੈਗੀਆਂ ਨੇ ਪਰ ਉਹਨਾਂ ਨੇ ਨਾਲ ਹੀ ਇੱਕ ਕਿਹਾ ਹੈ ਵੀ ਜਿਹੜੀ ਚਾਈਲਡ ਕੇਅਰ ਹੈ ਨਾ ਉਹਦੇ ਲਈ ਸਾਨੂੰ ਹੋਰ ਚੀਜ਼ਾਂ ਵੀ ਚਾਹੀਦੀਆਂ ਜਿਹੜੀਆਂ ਬਹੁਤ ਇੰਪੋਰਟੈਂਟ ਨੇ ਇੱਕ ਤਾਂ ਉਹਨਾਂ ਨੇ ਕਿਹਾ ਵੀ ਚਾਈਲਡ ਕੇਅਰ ਸਟੈਂਡਰਡ ਹੈ ਜਿਹੜਾ 유ਨੀਫਾਰਮ ਚਾਹੀਦਾ ਹੈ। ਅੱਛਾ ਜੀ। ਵੀ ਸਟੈਂਡਰਡ ਹੋਣਾ ਚਾਹੀਦਾ ਹੈ। ਹੁਣ ਡੇ ਟੂ ਡੇ ਕੇਅਰ ਹੈ ਜਿਹੜਾ ਸਟੈਂਡਰਡ ਡਿਫਰ ਕਰਦਾ ਹੈਗਾ। ਅਸੀਂ ਜਿੰਨਾ ਚਿਰ ਉਹ ਨਹੀਂ ਕਰਦੇ ਕਿ ਉਹਨਾਂ ਚਿਰ ਸਾਡਾ ਇਹ ਬਹੁਤ ਔਖਾ ਹੈ। ਇੱਕ ਉਹਨਾਂ ਨੇ ਕਿਹਾ ਵੀ ਵੈਰਾਈਟੀ ਆਫ ਪ੍ਰੋਗਰਾਮਸ ਹਨ ਸ਼ੁਰੂ ਕਰਨੇ। ਉਹ ਜਦੋਂ 유ਨੀਫਾਰਮ ਕਰਨਾ ਹੈ ਤਾਂ ਟ੍ਰੇਨਿੰਗ ਵੀ ਸੇਮ ਚਾਹੀਦੀ ਸਾਰੇ ਜਿਹੜੇ ਚਾਈਲਡ ਕੇਅਰ ਵਰਕਰਸ ਨੇ। ਜੀ। ਉਹਨਾਂ ਦੀ ਪੇ ਵੀ ਇਨਕਰੀਜ਼ ਕਰਨ ਦੀ ਲੋੜ ਹੈ ਕਿ ਤਾਂ ਕਿ ਲੋਕ ਜਿਹੜੇ ਚਾਈਲਡ ਕੇਅਰ ਵਰਕਰ ਬਣਨ ਦੀ ਕੋਸ਼ਿਸ਼ ਕਰਨ। ਕਿਉਂਕਿ ਹੁਣ ਵੇਜ ਬ ਇਕ ਉਹਨੇ ਕਿਹਾ ਹੈਗਾ ਵੀ ਇਹਦੇ ਨਾਲ ਜਿਹੜੀ ਹੈਗੀ ਸਪੋਰਟ ਸਿਸਟਮ ਹੈ ਜਿਹੜਾ ਚਾਈਲਡ ਕੇਅਰ ਨੂੰ ਉਹਦੇ ਬਾਰੇ ਬਹੁਤ ਰੀਥਿੰਕ ਕਰਨ ਦੀ ਲੋੜ ਹੈਗੀ ਅਸੀਂ ਚਾਈਲਡ ਕੇਅਰ ਸੈਂਟਰ ਵੀ ਖੋਲ੍ਹ ਦਿੰਨੇ ਹੈਗੇ ਉਹਦੇ ਵਿੱਚ ਕੋਈ ਇਕੋਜਾ ਪ੍ਰੋਗਰਾਮ ਨਹੀਂ ਹੁੰਦਾਗਾ ਕੋਈ ਯੂਨੀਫਾਰਮ ਸਰਵਿਸਿਜ਼ ਨਹੀਂ ਹੁੰਦੀਆਂ ਹੈਗੀਆਂ ਸੋ ਇਹ ਸਾਰੀ ਚੀਜ਼ ਨੂੰ ਅਸੀਂ ਦੁਬਾਰੇ ਸੋਚਣ ਦੀ ਲੋੜ ਹੈ ਤੇ ਉਹਨਾਂ ਨੇ ਕਿਹਾ ਵੀ ਜਿਹੜਾ ਆਪਾਂ ਕੱਲੇ ਪੈਸੇ ਦੀ ਗੱਲ ਨਹੀਂ ਇਹ ਕੱਲੇ ਪੈਸੇ ਨਾਲ ਹੀ ਹੋਊਗਾ ਹੋਰ ਚੀਜ਼ਾਂ ਵੀ ਬਹੁਤ ਕਰਨ ਦੀ ਇਹਦੇ ਵਿੱਚ ਲੋੜ ਹੈ ਜੀ ਤੇ ਜੇ ਇਹਨੂੰ ਪੋਲੀਟੀਕਲ ਲੈਵਲ ਤੇ ਦੇਖਿਆ ਜਾਵੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਨੈਸ਼ਨਲ ਲੈਵਲ ਤੇ ਸਟੈਂਡਰਡਸ ਹੋਣ ਉਹਨੂੰ ਤਾਂ ਲੈ ਕੇ ਆਲਰੇਡੀ ਕੁਇਬੈਕ ਬਹੁਤ ਜ਼ਿਆਦਾ ਵਿਰੋਧ ਕਰ ਰਿਹਾ ਕੁਇਬੈਕ ਕਹਿੰਦਾ ਕਿ ਅਸੀਂ ਨਿਰਧਾਰਤ ਕਰਾਂਗੇ ਸਾਨੂੰ ਜਿਹੜੇ ਕੋਈ ਵੀ ਪੈਸੇ ਦੇਣੇ ਨੇ ਉਹ ਪੈਸੇ ਦੇ ਦਿਓ ਪਰ ਨੋ ਸਟ੍ਰਿੰਗਸ ਅਟੈਚਡ ਅਲਬਰਟਾ ਵੀ ਇਹੀ ਕਹਿ ਰਿਹਾ ਅਲਬਰਟਾ ਵੀ ਇਹੀ ਕਹਿ ਰਿਹਾ ਅਲਬਰਟਾ ਵੀ ਇਹੀ ਕਹਿ ਰਿਹਾ ਸੋ ਨੈਸ਼ਨਲ ਪਾਲਿਸੀ ਲਿਆਂਦੇ ਵਿੱਚ ਬੜੀਆਂ ਦਿੱਕਤਾਂ ਨੇ ਪਰ ਅਸੂਜੀ ਗੱਲ ਇਹ ਹੈ ਵੀ ਜੇ ਤਾਂ ਚਾਈਲਡ ਆ ਜਿਹੜਾ ਉਹਨੂੰ ਚਾਈਲਡ ਹੀ ਮੰਨ ਲੀਏ ਫਿਰ ਤਾਂ ਉਹ ਚਾਹੇ ਕਿਉਂ ਬਿਕਦਾ ਤੇ ਚਾਹੇ ਬੀਸੀ ਦਾ ਤੇ ਚਾਹੇ ਅਲਬਰਟਾ ਦਾ ਉਹਦੀ ਉਹਦੀਆਂ ਲੋੜਾਂ ਤਾਂ ਸੇਮ ਹੀ ਨੇ ਨਾ ਲੋੜਾਂ ਸੇਮ ਨੇ ਪਰ ਉਹਦੇ ਚੋਂ ਪੋਲਿਟਿਕਸ ਕੱਢ ਕੇ ਬਾਹਰ ਰੱਖਣ ਦੀ ਗੱਲ ਹੈ ਸੋ ਬਲੈਂਚ ਸ਼ੈਟ ਨੂੰ ਸਮਝਾਣਾ ਤੇ ਲਿਗੋਡ ਨੂੰ ਸਮਝਾਣਾ ਇਹਨਾਂ ਸੌਖਾ ਨਹੀਂ ਬਿਲਕੁਲ ਬਿਲਕੁਲ ਤੁਹਾਡੀ ਅਸੀਂ ਹੁਣ ਗੱਲ ਕਰਾਂਗੇ ਕਿ ਸੀਨੀਅਰਸ ਦੇ ਬਾਰੇ ਜਿਹੜੇ ਸਾਰੇ ਪਾਰਟੀਆਂ ਦੇ ਪਲੈਟਫਾਰਮ ਨੇ ਉਹ ਕਿਹੜੇ-ਕਿਹੜੇ ਵਾਅਦੇ ਕਰਦੇ ਨੇ ਕਿ ਸੀਨੀਅਰਸ ਨੂੰ ਕੀ ਕੁਝ ਦਿੱਤਾ ਜਾਏਗਾ ਜੇਕਰ ਫਲਾਨੀ ਪਾਰਟੀ ਦਾ ਪਾਰਟੀ ਦੀ ਸਰਕਾਰ ਬਣਦੀ ਹੈ ਸਾਰੀਆਂ ਪਾਰਟੀਆਂ ਕੀ ਕੁਝ ਕਹਿੰਦੀਆਂ ਨੇ ਡਾਕਟਰ ਸਾਹਿਬ ਲਿਬਰਲ ਪਾਰਟੀ ਤੋਂ ਸ਼ੁਰੂ ਕਰਦੇ ਹਾਂ ਬਿਲਕੁਲ ਜੀ ਪਹਿਲੀ ਗੱਲ ਤਾਂ ਇਹਨਾਂ ਨੇ ਕਿਹਾ ਹੈਗਾ ਵੀ ਅਸੀਂ ਵੀ 올ਡੇਜ ਸਿਕਿਉਰਟੀ ਹੈ ਜਿਹੜੀ ਇਹ ਟੈਕਸੇਬਲ 500 ਡਾਲਰ ਦੇਵਾਂਗੇ 2022 ਦੇ ਵਿੱਚ ਜਿਹੜੇ 75 ਸਾਲ ਤੋਂ ਉੱਪਰ ਦੇ ਸੀਨੀਅਰ ਹੈ 75+ 75+ ਇੱਥੇ ਵੀ ਦੇਖੋ ਗੱਲ ਹੋ ਰਹੀ ਹੈ ਵੀ ਵਾਈ ਨਾਟ 65 ਵਾਈ ਨਾਟ 65 ਬਿਲਕੁਲ ਚਾਹੀਦਾ ਹੈ ਦੂਸਰਾ ਇਹਨਾਂ ਨੇ ਕਿਹਾ ਵੀ ਜਿਹੜਾ ਸਰਵਾਈਵਰ ਪੈਨਸ਼ਨ ਪਲਾਨ ਹੈ ਜਿਹੜਾ ਉਹਦੇ ਵਿੱਚ ਅਸੀਂ 25% ਜਾਂ ਕਿ ਜੇ ਸਦੀਸਪਾਊਸ ਦੀ ਡੈਥ ਹੋ ਜਾਂਦੀ ਹੈ ਜਾਂ ਲੀਗਲ ਪਾਰਟਨਰ ਨੇ ਜਿਹੜੇ ਉਹਨਾਂ ਦੀ ਡੈਥ ਹੋ ਜਾਂਦੀ ਨੇ ਤਾਂ 25% ਉਹਦੇ ਵਿੱਚ ਵਾਧਾ ਕਰਾਂਗੇ ਇੱਕ ਇਹਨਾਂ ਨੇ ਕਿਹਾ ਵੀ ਅਸੀਂ ਸਟੈਂਡਰਡ ਕੇਅਰ ਹੈ ਜਿਹੜੀ ਲੌਂਗ ਟਰਮ ਕੇਅਰ ਹੈ ਉਹ ਹੋਮ ਆਨ ਦਾ ਸਟੈਂਡਾਈਜ਼ ਕਰਾਂਗੇ ਅਸੀਂ ਉਸ ਨੂੰ ਉਹਦੇ ਲਈ 3 ਬਿਲੀਅਨ ਜਿਹੜਾ 5 ਸਾਲਾਂ ਦੇ ਵਿੱਚ ਖਰਚ ਕਰਾਂਗੇ ਇੱਕ ਇਹਨਾਂ ਨੇ ਕਿਹਾ ਵੀ ਗਰੰਟੀਡ ਇਨਕਮ ਸਪਲੀਮੈਂਟ ਜਿਹੜਾ ਸੀਨੀਅਰਸ ਦਾ ਉਹ ਅਸੀਂ 500 ਵਧਾਵਾਂਗੇ ਸਿੰਗਲਸ ਲਈ ਤੇ 750 ਜਿਹੜਾ ਕਪਲਸ ਲਈ 40 ਡਾਲਰ ਤਕਰੀਬਨ ਜਿਹੜਾ ਹੈਗਾ ਆ singles ਲਈ جی ਤੇ باقی ਤੁਸੀਂ 12 ਤੇ ਵੰਡ ਲਓ 12.3 ਡਾਲਰ ਉਹ ਬਣ ਜਾਂਦਾ ਹੈਗਾ جی ਡਬਲਸ ਲਈ ਤੇ باقی ਇਹਨਾਂ ਨੇ ਹੋਮ ਅクセसिबिलिटी ਟੈਕਸ ਕ੍ਰੈਡਿਟ ਹੈ ਜਿਹੜਾ ਜਿਵੇਂ ਕੋਈ ਘਰ ਦੇ ਵਿੱਚ ਸੌਖਾ ਰਹਿਣ ਲਈ ਹੈਂਡਰੇਲਸ ਲਾਉਣੀਆਂ ਨੇ ਜਾਂ ਕੋਈ ਦਰਵਾਜ਼ਾ ਚੌੜਾ ਕਰਨਾ ਹੈ ਜਾਂ ਕੋਈ ਬਾਥਰੂਮ ਦੇ ਵਿੱਚ ਸੀਨੀਅਰਜ਼ ਲਈ ਖਾਸ ਕੋਈ ਫਿਟਿੰਗ ਕਰਨੀ ਹੈ ਉਹਦੇ ਲਈ ਇਹਨਾਂ ਨੇ ਕਿਹਾ ਵੀ ਅਸੀਂ 750 ਡਾਲਰ ਤੋਂ ਵਧਾ ਕੇ ਇਹਨੂੰ 1500 ਡਾਲਰ ਕਰ ਦੇਾਂਗੇ ਤੇ ਬਾਕੀ ਇਹਨਾਂ ਨੇ ਕਿਹਾ ਵੀ ਸਭ ਤੋਂ ਵੱਡੇ ਵਾਅਦਾ ਜਿਹੜਾ ਵੀ 50000 ਹੈ ਜਿਹੜੇ ਅਸੀਂ ਨਿਊ ਪਰਸਨਲ ਸਪੋਰਟ ਹੈ ਜਿਹੜੇ ਲੌਂਗ ਟਰਮ ਕੇਅਰਜ਼ ਲਈ ਅ ਰੀਟ੍ਰੇਨ ਕਰਾਂਗੇ ਤੇ ਲਾਵਾਂਗੇ ਤੇ ਉਹਦੇ ਨਾਲ ਕੀ ਹੈ ਵੀ 25% ਅਸੀਂ ਵੇਜ ਹੈ ਜਿਹੜੀ ਇਨਸ਼ੋਰ ਕਰਾਂਗੇ ਤਾਂ ਕਿ ਲੋਕ ਇਸਪਾਸ ਵੱਲ ਆਉਣ ਸੋ ਇਹ ਲਿਬਰਲ ਦਾ ਮੇਨ ਜਿਹੜੀਆਂ ਕਲਾਜ਼ਸ ਨੇ ਆਪਣੇ ਪਲੇਟਫਾਰਮ ਦੀਆਂ ਇਹ ਨੇ ਤੇ ਜੇ ਕੰਸਰਵੇਟਿਵਸ ਦੇ ਪਲੈਟਫਾਰਮ ਬਾਰੇ ਗੱਲ ਕਰੀਏ ਤਾਂ ਇਹ ਕਹਿੰਦੇ ਕੈਨੇਡਾ ਸੀਨੀਅਰਸ ਕੇਅਰ ਬੈਨੀਫਿਟ ਇੱਕ ਕਹਿੰਦੇ ਲੈ ਕੇ ਆਵਾਂਗੇ ਉਹਦੇ ਤਹਿਤ ਕੀ ਹੈ ਕਿ ਜਿਹੜੇ ਲੋਕ ਆਪਣੇ ਮਾਪਿਆਂ ਨੂੰ ਆਪਣੇ ਘਰ 'ਚ ਰੱਖਦੇ ਨੇ ਉਹਨਾਂ ਦੀ ਦੇਖਭਾਲ ਕਰਦੇ ਨੇ ਉਹਨਾਂ ਨੂੰ ਪਰ ਹਾਊਸਹੋਲਡ 200 ਡਾਲਰਸ ਮੰਥਲੀ ਦਿੱਤੇ ਜਾਣਗੇ ਆਪਣੇ ਬਜ਼ੁਰਗਾਂ ਦੀ ਦੇਖਭਾਲ ਕਰਨ ਲਈ ਪੰਜਾਬੀਆਂ ਲਈ ਤਾਂ ਵਧੀਆ ਹੈ ਪੰਜਾਬੀਆਂ ਲਈ ਵਧੀਆ ਨਾ ਕਿਉਂਕਿ ਬਜ਼ੁਰਗ ਆਪਾਂ ਘਰ ਹੀ ਰੱਖਦੇ ਹਾਂ ਬਹੁਤ ਬਹੁਤ ਯਸ ਆਹ ਤੇ ਸੋ ਕਈ ਇਦਾਂ ਵੀ ਕਹਿ ਸਕਦੇ ਨੇ ਕਿ ਸਾਨੂੰ ਇਹਦੇ ਵਾਸਤੇ ਪੈਸਿਆਂ ਦੀ ਲੋੜ ਨਹੀਂ ਵੀ ਉਹ ਤਾਂ ਸਾਡੇ ਬਜ਼ੁਰਗ ਨੇ ਜੀ ਤੇ ਨਾਲ ਹੀ ਇੱਕ ਇਹਨਾਂ ਨੇ ਵਾਅਦਾ ਕੀਤਾ ਕਹਿੰਦੇ ਕਿ ਜਿਹੜੇ ਵੱਡੇ ਵੱਡੇ ਕਾਰਪੋਰੇਸ਼ਨਸ ਜਾਂ ਕੰਪਨੀਆਂ ਜਦੋਂ ਬੈਂਕਰਪਸੀ ਐਲਾਨ ਕਰਦੀਆਂ ਨੇ ਕਹਿੰਦੇ ਉਹਦੋਂ ਉਹ ਇਹ ਗੱਲ ਸੁਨਿਸ਼ਚਿਤ ਕਰਾਂਗੇ ਕਿ ਜਿਹੜੇ ਉੱਥੇ EMPLOYEES ਸਨ ਉਹਨਾਂ ਦੀ ਪੈਨਸ਼ਨ ਜਿਹੜੀ ਆ ਉਹ ਨਾ ਮਰੇ ਤੇ ਉਹਦੋਂ ਕਹਿੰਦੇ ਕਿ ਜਿਹੜੇ ਉਹਨਾਂ ਦੇ EXECUTIVES ਨੇ ਉਹਨਾਂ ਨੂੰ ਬੋਨਸ ਨਾ ਦਿੱਤੇ ਜਾਣ ਸੋ ਪੈਨਸ਼ਨ ਨੂੰ ਤਰਜੀ ਦਿੱਤੀ ਜਾਵੇ ਸੈਵਰੇਂਸ ਬਹੁਤ ਵੱਡੀ ਵੱਡੀ ਦਿੱਤੀ ਜਾਂਦੀ ਹੈ 17-17 ਮਿਲੀਅਨ ਦਿੱਤੇ ਹੋਏ ਨੇ ਯੈਸ ਸੋ ਕਹਿੰਦੇ ਉਹਨੂੰ ਅਸੀਂ ਉੱਥੇ ਰੋਕ ਲਗਾਵਾਂਗੇ ਤੇ ਨਾਲ ਹੀ ਕਹਿੰਦੇ ਨੇ ਕਿ ਲੌਂਗ ਟਰਮ ਕੇਅਰ ਹੋਮਸ ਦੇ ਉੱਤੇ ਅਸੀਂ 3 ਸਾਲਾਂ ਦੇ ਵਿੱਚ 3 ਬਿਲੀਅਨ ਡਾਲਰ ਖਰਚ ਕਰਾਂਗੇ ਉਹਨਾਂ ਨੂੰ ਬਿਹਤਰ ਬਣਾ ਲਈ ਜੀ ਹੁਣ ਜੇ ਆਪਾਂ ਐਨਡੀਪੀ ਤੇ ਆਈਏ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਲੌਂਗ ਟਰਮ ਕੇਅਰ ਸਿਸਟਮ ਹੈ ਜਿਹੜਾ ਇਸ ਨੂੰ ਅਸੀਂ ਹੈਲਥ ਟਰਾਂਸਫਰ ਹੈ ਜਿਹੜੀ ਵਧਾਵਾਂਗੇ ਦੀ 5 ਬਿਲੀਅਨ ਡਾਲਰ ਹੈ ਜਿਹੜਾ ਅਸੀਂ ਖਰਚ ਕਰਾਂਗੇ ਦੇ ਉੱਪਰ ਨਾਲ ਹੀ ਉਹਨਾਂ ਨੇ ਕਿਹਾ ਵੀ ਅਸੀਂ ਨੈਸ਼ਨਲ ਸਟੈਂਡਰਡ ਇਹਦੇ ਵਿੱਚ ਅਸੀਂ ਅਮੈਂਡ ਕਰਾਂਗੇ ਇਸ ਨੂੰ ਨਾਲ ਹੀ ਇਹਨਾਂ ਨੇ ਕਿਹਾ ਵੀ ਪ੍ਰਾਈਵੇਟ ਜਿਹੜੀ ਨਾਨ-ਪ੍ਰੋਫਿਟ ਹੈਗੇ ਅਸੀਂ ਉਹ ਨਵੇਂ ਕੋਈ ਲਾਇਸੈਂਸ ਦੇਣੇ ਨਹੀਂ ਤੇ ਪੁਰਾਣੇ ਨੂੰ ਵੀ ਦਸਾਂ ਸਾਲਾਂ ਦੇ ਵਿੱਚ ਅਸੀਂ ਇਸ ਨੂੰ ਪਾਲਿਸੀ ਲਿਆਵਾਂਗੇ ਸਾਰੇ ਇਹ ਨਾਨ-ਪ੍ਰੋਫਿਟ ਕਰ ਦਿੰਦੇ ਨੇ ਇਹ ਕਿਨਾਂ ਨੇ ਕਿਹਾ ਵੀ ਜਿਹੜੀਆਂ ਉਹੀ ਗੱਲ ਜਿਹੜੀ ਕੰਜ਼ਰਵੇਟਿਵ ਨੇ ਕਿਹਾ ਹੈਗਾ ਕੰਪਨੀਆਂ ਲਈ ਵੀ ਡਿਵੀਡੈਂਡ ਪੇ ਕਰ ਦਿੰਦੀਆਂ ਨੇ ਜਾਂ ਸੈਵਰੈਂਸ ਪੇ ਕਰ ਦਿੰਦੀਆਂ ਨੇ ਉਹ ਅਸੀਂ ਚੈੱਕ ਕਰਾਂਗੇ ਪਹਿਲਾਂ ਪੈਨਸ਼ਨਸ ਆ ਜਿਹੜੀਆਂ ਇਹ ਇਨਸ਼ੋਰ ਕਰਨੀਆਂ ਚਾਹੀਦੀਆਂ ਤੇ ਨਾਲ ਹੀ ਇਹਨਾਂ ਨੇ ਕਿਹਾ ਵੀ ਅਸੀਂ ਇੱਕ ਪੈਨਸ਼ਨ ਐਡਵਾਈਜ਼ਰੀ ਕਮਿਸ਼ਨ ਬਣਾਵਾਂਗੇ ਸੋ ਇਹ ਇਹੰਨਾ ਦਾ ਵਸੂ ਜੇ ਆਪਾਂ ਯਾਦ ਰੱਖੀਏ ਨਾ ਜਿਸ ਦਿਨ ਆਏ ਸੀਗੇ ਜਗਮੀਤ ਸਿੰਘ ਇੱਥੇ ਤੇ ਸਾਊਥ ਏਸ਼ੀਅਨ মিডিਆ ਨੇ ਉਹਨਾਂ ਨੇ ਕਿਹਾ ਤਾਂ ਮੈਂ ਵੀ ਉੱਥੇ ਸੀ ਤੇ ਉਹਨਾਂ ਨੂੰ ਦੁਬਾਰੇ ਸਵਾਲ ਕੀਤਾ ਗਿਆ ਸੀਗਾ ਵੀ ਤੁਸੀਂ ਪੈਸਿਆਂ 'ਚ ਦੱਸੋ ਵੀ ਕਿੰਨੇ ਇਹ ਨਹੀਂ ਵੀ ਅਸੀਂ ਏਨੇ ਪਰਸੈਂਟ ਵਧਾ ਦੇਾਂਗੇ ਜਾਂ ਇਹ ਕਰਦੇਾਂਗੇ ਜਾਂ ਸਾਡੀ ਪੈਨਸ਼ਨ ਐਡਵਾਈਜ਼ਰੀ ਕਮੇਟੀ ਬਣਾ ਦੇਾਂਗੇ ਤਾਂ ਉਹਨਾਂ ਨੇ ਕਿਹਾ ਸੀ ਵੀ ਅਸੀਂ 2000 ਡਾਲਰ ਤੱਕ ਜਿਹੜੀ ਪੈਨਸ਼ਨ ਕਰ ਦੇਣੀ ਹੈ ਅਸੀਂ ਜੀਆਈਐਸ ਤੇ ਜਿਹੜੀ ਓਈਐਸ 올ਡ ਅਜ ਸਿਕਿਉਰਿਟੀ ਦੋਨਾਂ ਨੂੰ ਅਸੀਂ ਰੀਥਿੰਕ ਕਰਾਂਗੇ ਸੋ ਇਹ ਐਨਡੀਪੀ ਦਾ ਮੁੱਖ ਤੌਰ ਦੇ ਉੱਤੇ ਜਿਹੜਾ ਸੀਗਾ ਵਾਅਦਾ ਠੀਕ ਹੈ ਤੇ ਗ੍ਰੀਨ ਪਾਰਟੀ ਕਹਿੰਦੀ ਹੈ ਕਹਿੰਦੀ ਕਿ ਅਸੀਂ ਇੱਕ ਲੌਂਗ ਟਰਮ ਕੇਅਰ ਸਿਸਟਮ ਜਿਹੜਾ ਉਹਨੂੰ ਹੈਲਥ ਕੈਨੇਡਾ ਹੈਲਥ ਐਗਰੀ ਅਧੀਨ ਲੈ ਕੇ ਆਵਾਂਗੇ ਤੇ ਫੋਰ ਪ੍ਰੋਫਿਟ ਜਿਹੜੇ ਲੌਂਗ ਟਰਮ ਬਿਜ਼ਨੈਸਸ ਨੇ ਉਹਨਾਂ ਨੂੰ ਬੰਦ ਕੀਤਾ ਜਾਏਗਾ ਜਿਵੇਂ ਐਨ ਡੀ ਪੀ ਨੇ ਪ੍ਰੋਮਿਸ ਕੀਤਾ ਤੇ ਕਹਿੰਦੇ ਨਾਲ ਅਸੀਂ ਇੱਕ ਸੀਨੀਅਰਸ ਕੇਅਰ ਟਰਾਂਸਫਰ ਕਾਰਵ ਆਊਟ ਕਰਾਂਗੇ ਜਿਹੜੇ ਫੰਡਿੰਗ ਪ੍ਰੋਵਿੰਸਸ ਤੇ ਟੈਰਿਟਰੀਜ਼ ਨੂੰ ਭੇਜੀ ਜਾਂਦੀ ਹੈ ਹੈਲਥ ਕੈਨੇਡਾ ਟਰਾਂਸਫਰ ਜਿਹੜੀ ਹੈ ਉਹਦੇ ਚੋਂ ਕਹਿੰਦੇ ਅਸੀਂ ਇੱਕ ਸੀਨੀਅਰਸ ਕੇਅਰ ਟਰਾਂਸਫਰ ਵੀ ਕਾਰਵ ਆਊਟ ਕਰਾਂਗੇ ਨਾਲ ਕਹਿੰਦੇ ਕਿ ਜਿਹੜੇ ਵਰਕਰਸ ਨੇ ਲੌਂਗ ਟਰਮ ਕੇਅਰ ਸੈਂਟਰਸ ਦੇ ਵਿੱਚ ਉਹਨਾਂ ਦੀਆਂ ਵੇਜੇਸ ਵਧਾਵਾਂਗੇ ਤੇ ਉਹਨਾਂ ਨੂੰ ਬਿਹਤਰ ਟ੍ਰੇਨਿੰਗ ਪ੍ਰਦਾਨ ਕੀਤੀ ਜਾਏਗੀ ਨਾਲ ਹੀ ਇਹ ਕਹਿੰਦੇ ਕਿ ਨੈਸ਼ਨਲ ਡਾਈਮੈਂਸ਼ਨਲ ਸਟਰੈਟਜੀ ਡਿਵੈਲਪ ਕੀਤੀ ਜਾਏਗੀ ਤੇ ਉਹਦੇ ਵਾਸਤੇ ਫੰਡਿੰਗ ਵਹੀਆ ਕਰਾਈ ਜਾਏਗੀ ਕਿੰਨੀ ਫੰਡਿੰਗ ਕਿਵੇਂ ਕਰਾਈ ਜਾਏਗੀ ਐਸ ਆਲਵੇਸ ਉ ਗ੍ਰੀਨ ਪਾਰਟੀ ਨੇ ਨਹੀਂ ਪਰ ਇਹ ਵੱਖਰਾ ਹੈ ਥੋੜਾ ਜਿਹਾ ਡਾਈਮੈਂਸ਼ਨਲ ਬਾਰੇ ਵੀ ਬਹੁਤ ਵਧੀਆ ਹੈ ਜਿਹੜਾ ਹੈ ਜੇ ਕੀਤਾ ਜਾਵੇ ਤਾਂ ਕਾਫੀ ਲੋਕਾਂ ਨੂੰ ਹੈ ਹਿੰਦੀ ਯੈਸ ਸੋ ਜੇ ਹੁਣ ਆਪਾਂ ਵਾਸੂ ਜੀ ਦੀ ਓਵਰਆਲ ਗੱਲ ਕਰੀਏ ਨਾ ਤਾਂ ਓਵਰਆਲ ਇਸ ਵੇਲੇ ਕੀ ਹੈ ਵੀ ਲੌਂਗ ਤੇ ਉਸ ਕਰਕੇ ਸਾਰਾ ਫੋਕਸ ਹੈ ਨਾ ਜਿਹੜਾ ਤਿੰਨਾਂ ਪਾਰਟੀਆਂ ਦਾ ਰਾਦਰ ਚਾਰਾਂ ਦਾ ਹੀ ਲੌਂਗ ਟਰਮ ਕੇਅਰ ਹੋਮਸ ਦੇ ਉੱਪਰ ਚੱਲਾ ਗਿਆ ਹੈ ਜੀ ਦੂਸਰੀ ਗੱਲ ਹੈ ਜਿਹੜੀ 1250 ਦੇ ਤਕਰੀਬਨ ਪੈਨਸ਼ਨ ਹੈ ਜਿਹੜੀ ਉਹਦੇ ਨਾਲ ਹੁਣ ਗੁਜ਼ਾਰਾ ਨਹੀਂ ਹੁੰਦਾ ਕਾ ਐਸ ਵੇਲੇ ਮਹਿੰਗਾਈ ਇੰਨੀ ਵਧ ਗਈ ਹੈ 3.7 ਦਾ ਇਨਫਲੇਸ਼ਨ ਰੇਟ ਹੋ ਗਿਆ ਹੈਗਾ ਸੋ ਇਹ ਬਹੁਤ ਔਖਾ ਹੈ ਇਹ ਰੀਥਿੰਕ ਕਰਨ ਦੀ ਲੋੜ ਹੈ ਸਿਰਫ ਐਨਡੀਪੀ ਨੇ ਥੋੜਾ ਜਿਹਾ ਵਾਅਦਾ ਕੀਤਾ ਵੀ ਅਸੀਂ ਕੁਝ ਹੱਦ ਤੱਕ ਵਧਾਵਾਂਗੇ ਜਿਸ ਤਰ੍ਹਾਂ 2000 ਡਾਲਰ ਦੀ ਗੱਲ ਕੀਤੀ ਹੈ ਇਹਦੇ ਨਾਲ ਹੀ ਨਾ ਜਿਹੜਾ ਇੱਕ ਹੈਗਾ ਫਾਰਮਾ ਕੇਅਰ ਦਾ ਹੋਲਡੇਜ ਉਹ ਵੱਖਰੀ ਗੱਲ ਹੈ ਭਾਈ ਹੈਲਥ ਕੇਂਟਰ ਆਉਂਦਾ ਹੈ ਇੱਕ ਡੈਂਟਲ ਕੇਅਰ ਜੀ ਬਹੁਤ ਸਾਰੇ ਬਜ਼ੁਰਗ ਜਿਹੜੇ ਰੋਟੀ ਵੀ ਨਹੀਂ ਖਾ ਸਕਦੇ ਡੈਂਟਲ ਕੇਅਰ ਦੀ ਜਦੋਂ ਹੋਣ ਨਹੀਂ ਨਾ ਹੀ ਉਹ ਇੰਡੀਆ ਜਾ ਸਕਦੇ ਪੰਜਾਬੀ ਕਮਿਊਨਿਟੀ ਦੇ ਜਿਹੜੇ ਬਹੁਤ ਬਜ਼ੁਰਗ ਹੋ ਗਏ ਨੇ ਇੱਕ ਇਹ ਇੱਕ ਜਿਹੜਾ 10/40 ਵਾਲਾ ਕੀਤਾ ਇਹ ਜੀ ਵੀ ਜਿਹੜੇ ਨਵੇਂ ਆਏ ਨੇ 10 ਸਾਲ ਹੋ ਗਏ ਉਹਨਾਂ ਨੂੰ ਆਇਆ ਨੂੰ ਤਾਂ ਜਿਹੜੇ OAS ਉਹਦੀ 10/40 ਕਰ ਦਿੰਦੇ ਨੇ ਚੌਥਾ ਐਸੇ ਹੀ ਮਿਲਦੀ ਹੈ 600 ਦੀ ਜਗ੍ਹਾ ਤੇ ਉਹਨਾਂ ਨੂੰ 150 ਹੀ ਮਿਲਦਾ ਹੈਗਾ ਪਰ ਇਹ ਬਹੁਤ ਵੱਡਾ ਇੱਕ ਜਿਹੜਾ ਉਹਨਾਂ ਨੂੰ ਘਾਟ ਆਇਆ ਹੈਗਾ ਜਿਹੜੇ ਲੋਕ ਬਾਅਦ ਵਿੱਚ ਆਉਂਦੇ ਨੇ ਜਿਨ੍ਹਾਂ ਨੇ ਆਪਣੇ ਬੱਚੇ ਪਹਿਲਾਂ ਭੇਜੇ ਹੋਏ ਨੇ ਸੋ ਨ ਆਪਾਂ ਚਾਈਲਡ ਕੇਅਰ ਦੀ ਗੱਲ ਕੀਤੀ ਹੈ ਸੋ ਇਸ ਨੂੰ ਵੀ ਰੀਥਿੰਕ ਕਰਨ ਦੀ ਲੋੜ ਹੈ ਮੇਰੇ ਖਿਆਲ ਨਾਲ ਅਜੇ ਤਾਂ ਹੁਣ ਟਾਈਮ ਇਹ ਹੈ ਕਿ OAS ਜਿਹੜਾ 올ਡ ਸਿਕਿਉਰਿਟੀ ਤੇ GIS ਦੋਨਾਂ ਨੂੰ ਮਰਜ ਕਰਕੇ ਫਿਰ ਕਲਾਬ ਵੈਕੋ ਤੇ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਕਿ ਜਿਹੜਾ ਹੈਗਾ ਸਾਰੇ ਲੋਕਾਂ ਨੂੰ ਕ੍ਰੋਸ ਦਾ ਬੋਲਡ ਹੈ ਜਿਹੜਾ ਕਿਸੇ ਨੂੰ ਕੋਈ ਘਾਟਾ ਨਾ ਜਾਵੇ ਸਾਰੇ ਇੱਕੋ ਜਿਹੇ ਹੋ ਜਾਣ ਜੀ ਤੇ ਪ੍ਰੋਫੈਸਰ ਸਾਹਿਬ ਜੇ ਸੀ ਥੋੜੀ ਜਿਹੀ ਚ ਪੋਲਿਟਿਕਸ ਦੀ ਗੱਲ ਕਰੀਏ ਕਿ ਜਿਹੜੀ ਗੱਲ ਕੀਤੀ ਕਿ ਵੱਡੇ ਕਾਰਪੋਰੇਸ਼ਨ ਜਿਹੜੇ ਬੈਂਕਰਪਸੀ ਐਲਾਨ ਕਰਦੇ ਨੇ ਉਨ੍ਹਾਂ ਦੇ ਵਿੱਚ ਜਿਹੜੇ ਉਹਨਾਂ ਦੇ ਕੰਮੇ ਨੇ ਉਹਨਾਂ ਦੀ ਪੈਨਸ਼ਨ ਨੂੰ ਤਰਜੀਹ ਦਿੱਤੀ ਜਾਏਗੀ بجائے ਦੇ ਕਿ ਐਗਜ਼ੈਕਟਿਵਸ ਨੂੰ ਬੋਨਸ ਦਿੱਤੇ ਜਾਣ ਹੁਣ ਕੰਸਰਵੇਟਿਵਸ ਵੀ ਤੇ ਐਨਡੀਪੀ ਦੋਨੋਂ ਪਾਰਟੀਆਂ ਇਹ ਪ੍ਰੋਮਿਸ ਕਰ ਰਹੀਆਂ ਨੇ ਐਨਡੀਪੀ ਦੇ ਪਲੇਟਫਾਰਮ ਦੇ ਨਾਲ ਤਾਂ ਇਹ ਸਿੱਧਾ ਸਿੱਧਾ ਅਲਾਈਨਡ ਲੱਗਦਾ ਹੈ ਵਾਦਾ ਕਿ ਕਾਮਿਆਂ ਬਾਰੇ ਸੋਚਣਾ ਪਰ ਕੰਸਰਵੇਟਿਵ ਪਾਰਟੀ ਵੀ ਹੁਣੇ ਵਾਅਦੇ ਕਰ ਰਹੀ ਹੈ ਕਿ ਕੰਪਨੀ ਬਾਰੇ ਨਹੀਂ ਕੰਪਨੀ ਦੇ ਐਗਜ਼ੈਕਟਿਵਸ ਬਾਰੇ ਨਹੀਂ ਜਿਹੜੇ EMPLOYES ਨੇ ਉਹਨਾਂ ਬਾਰੇ ਸੋਚਿਆ ਜਾਵੇ ਨਹੀਂ ਹੁਣ ਆਪਣਾ ਵਾਸੂ ਜੀ ਜਿੰਨੀਆਂ ਰਾਈਟ ਵਿੰਗ ਪਾਰਟੀਆਂ ਨੇ ਉਹ ਸਾਰੀਆਂ ਸਾਰੀ ਦੁਨੀਆ 'ਚ ਇਹ ਵਾਅਦੇ ਕਰ ਰਹੀਆਂ ਜਿਹੜੇ ਲਿਬਰਲਸ ਸੀ ਉਹ ਵੀ ਆਲਮੋਸਟ ਕਨਜ਼ਰਵੇਟਿਵ ਬਣ ਗਏ ਜੀ ਬਣ ਗਏ ਨਹੀਂ ਸੋ ਕੁਝ ਨਵਾਂ ਦੇਣਾ ਪੈ ਰਿਹਾ ਹੈਗਾ ਹੁਣ ਹੁਣ ਜਿਹੜੀਆਂ ਲਾਈਨਸ ਮਰਜ ਹੁੰਦੀਆਂ ਜਾਂਦੀਆਂ ਨੇ ਲਾਈਨਸ ਮਰਜ ਹੋ ਰਹੀਆਂ ਨੇ ਜੀ ਹਾਂਜੀ ਪ੍ਰੈਸਰ ਸਾਹਿਬ ਬਹੁਤ ਹੀ ਇਨਫੋਰਮੇਟਿਵ ਮੈਨੂੰ ਲੱਗਦਾ ਹੈ ਕਿ ਸੈਗਮੈਂਟ ਰਿਹਾ ਤੇ ਬੜੇ ਐਫੀਸ਼ੀਐਂਟ ਤਰੀਕੇ ਨਾਲ ਅਸੀਂ ਮੈਂ ਕਿਹਾ 17-18 ਮਿੰਟਾਂ ਦੇ ਵਿੱਚ ਹੀ ਸਾਰੀ ਜਾਣਕਾਰੀ ਜੀ ਸਾਂਝੀ ਕਰਤੀ ਹੈ ਬਹੁਤ-ਬਹੁਤ ਧੰਨਵਾਦ ਡਾਕਟਰ ਸਾਹਿਬ ਤੇਜ਼ੀ ਨਾਲ ਸਾਨੂੰ ਚੱਲਣਾ ਪਿਆ ਉਸ ਸਮਾਂ ਦੀ ਸਮੇਂ ਦੇ ਅਗੇ ਕਿਸਮਾ ਬਲਵਾਨ ਚਲੋ ਬਿਲਕੁਲ ਠੀਕ ਹੈ ਜੀ ਡਾਕਟਰ ਸਾਹਿਬ ਬਹੁਤ-